ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਸਿੱਖਾਂ ਦੀ ਪੈਰਾਮੈਡਿਕਸ ਵਜੋਂ ਭਰਤੀ ਦਾ ਰਾਹ ਜਲਦ ਹੀ ਸੌਖਾ ਹੋਣ ਦੀ ਉਮੀਦ ਬੱਝ ਗਈ ਹੈ। ਸੂਬਾ ਸਰਕਾਰ ਦੇ ਭਰੋਸੇ ਤੋਂ ਬਾਅਦ ਆਸ ਕੀਤੀ ਜਾ ਰਹੀ ਹੈ ਕਿ ਜਲਦ ਹੀ ਸਿੱਖ ਸਾਬਤ ਸੂਰਤ ਰੂਪ ਵਿੱਚ ਪੈਰਾਮੈਡਿਕਸ ਵਜੋਂ ਲੋੜਵੰਦਾਂ, ਬਿਮਾਰਾਂ ਅਤੇ ਮਰੀਜ਼ਾਂ ਨੂੰ ਹਸਪਤਾਲਾਂ ਤੱਕ ਪਹੁੰਚਾਉਂਦੇ ਹੋਏ ਸਰਗਰਮੀ ਨਾਲ ਨਜ਼ਰ ਆਉਣਗੇ। ਐਨਡੀਪੀ ਦੇ ਵਿਧਾਇਕ ਗੁਰਰਤਨ ਸਿੰਘ ਵੱਲੋਂ ਸਿੱਖ ਪੈਰਾਮੈਡਿਕਸ ਹਰਕਰਨ ਸਿੰਘ ਸਹੋਤਾ ਦਾ ਮੁੱਦਾ ਉਠਾਉਣ ਤੋਂ ਬਾਅਦ ਸੂਬਾ ਸਰਕਾਰ ਇਸ ਤੇ ਵਿਚਾਰ ਕਰ ਰਹੀ ਹੈ। ਸੂਬੇ ਦੀ ਸਿਹਤ ਮੰਤਰੀ ਨੇ ਕਿਹਾ ਕਿ ਸਾਬਤ ਸੂਰਤ ਸਿੱਖ ਪੈਰਾਮੈਡਿਕਸ ਦੀ ਭਰਤੀ ਲਈ ਸੁਰੱਖਿਆ ਨੀਤੀ ਵਿੱਚ ਢਿੱਲ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਚਾਹੁੰਦੀ ਹੈ ਕਿ ਹਰ ਕੰਮ ਵਾਲੀ ਥਾਂ ਤੇ ਹਰ ਧਰਮ ਦੇ ਅਤੇ ਭਾਈਚਾਰੇ ਅਤੇ ਸੱਭਿਅਤਾ ਦੇ ਲੋਕ ਇਕੱਠੇ ਕੰਮ ਕਰਨ। ਪਹਿਲਾਂ ਤੋਂ ਹੀ ਸਿੱਖ ਪੈਰਾਮੈਡਿਕਸ ਕਾਫੀ ਗਿਣਤੀ ਵਿੱਚ ਕੰਮ ਕਰ ਰਹੇ ਨੇ। ਦਰਅਸਲ ਪੀਲ ਐਂਬੂਲੈਂਸ ਵਿੱਚ ਫੁੱਲ ਟਾਈਮ ਅਤੇ ਹੈਮਿਲਟਨ ਵਿੱਚ ਪਾਰਟ ਟਾਈਮ ਕੰਮ ਕਰਨ ਵਾਲੇ ਸਿੱਖ ਪੈਰਾਮੈਡਿਕਸ ਹਰਕਰਨ ਸਹੋਤਾ ਨੂੰ ਹੈਮਿਲਟਨ ਵਿੱਚ ਇਸ ਲਈ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਸੀ ਕਿ ਉਸਦੀ ਦਾੜੀ ਰੈਸਪੀਰੇਟਰ ਵਿੱਚ ਅੜਿੱਕਾ ਬਣ ਰਹੀ ਸੀ। ਅਜਿਹੇ ਵਿੱਚ ਹਵਾ 'ਚ ਘੁਲੇ ਹਾਨੀਕਾਰਕ ਕਣ ਸਾਹ ਰਾਹੀਂ ਅੰਦਰ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਹ ਮੁੱਦਾ ਗੁਰਰਤਨ ਸਿੰਘ ਨੇ ਅਸੈਂਬਲੀ ਵਿੱਚ ਚੁੱਕਿਆ ਅਤੇ ਕਿਹਾ ਕਿ ਧਰਮ ਦੇ ਆਧਾਰ ਤੇ ਕਿਸੇ ਵੀ ਸ਼ਖਸ ਨੂੰ ਕੰਮ ਕਰਨ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ। ਨਾਲ ਹੀ ਉਹਨਾਂ ਨੇ ਸ਼ਿਕਾਇਤ ਕਰਦਿਆਂ ਕਿਹਾ ਕਿ ਵਾਰ ਵਾਰ ਇਹ ਮੁੱਦਾ ਚੁੱਕੇ ਜਾਣ ਦੇ ਬਾਵਜੂਦ ਓਨਟਾਰੀਓ ਦਾ ਸਿਹਤ ਮੰਤਰਾਲਾ ਸਿੱਖ ਪੈਰਾਮੈਡਿਕਸ ਨੂੰ ਸੁਰੱਖਿਆ ਨੀਤੀ ਵਿੱਚ ਛੋਟ ਦੇਣ ਜਾਂ ਕੁਝ ਢਿੱਲ ਦੇਣ ਬਾਰੇ ਕੋਈ ਉਪਰਾਲਾ ਨਹੀਂ ਕਰ ਰਿਹਾ। ਦਰਅਸਲ ਸਾਬਕਾ ਡਗ ਫੋਰਡ ਸਰਕਾਰ ਨੇ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਦਾ ਕਾਨੂੰਨ ਪਾਸ ਕੀਤਾ ਹੋਇਆ ਅਤੇ ਸਰਗਰਮ ਅਤੇ ਹਰਕਰਨ ਸਹੋਤਾ ਮਾਮਲੇ ਦੀ ਸੁਣਵਾਈ ਕਰ ਰਹੀ ਆਰਬੀਟੇਟਰ ਨੇ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਸਮੇਂ ਵੀ ਇਸੇ ਕਾਨੂੰਨ ਨੂੰ ਹੀ ਆਧਾਰ ਬਣਾਇਆ। Speaker, it's 2019 and in Canada, no one should be prohibited from working because of their faith. But currently in Ontario, Sikh paramedics are being told that they have to choose between their faith and their profession. A change in specifications of helmets worn by paramedics are threatening to make it impossible for Sikhs in Ontario to serve in that role. Despite repeated requests to the ministry, to provide an exemption or a waiver that would respect the human rights of Sikhs, the ministry has taken no action. My question is to the Premier. Will he act now to end this discrimination and ensure that Sikh paramedics can continue to serve in the valuable role that they were trained to do? ਪੀਲ ਰੀਜਨ ਵਿੱਚ ਫੁੱਲ ਟਾਈਮ ਕੰਮ ਕਰ ਰਹੇ ਹਰਕਰਨ ਸਹੋਤਾ ਵੱਲੋਂ ਇੱਕ ਖਾਸ ਤਰ੍ਹਾਂ ਦੇ ਰੈਸਪੀਰੇਟਰ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਨਾਲ ਉਸਦੇ ਕੰਮ ਵਿੱਚ ਕੋਈ ਅੜਿੱਕਾ ਵੀ ਨਹੀਂ ਆਉਂਦਾ ਅਤੇ ਇਸੇ ਆਧਾਰ ਤੇ ਬ੍ਰੈਂਪਟਨ ਅਤੇ ਮੇਸੀ ਸਾਗਾ ਵਿੱਚ 22 ਦੇ ਕਰੀਬ ਸਿੱਖ ਪੈਰਾਮੈਡਿਕਸ ਕੰਮ ਕਰ ਰਹੇ ਨੇ। ਜਦੋਂ ਕਿ ਹੈਮਿਲਟਨ ਵਿੱਚ ਬਦਲਵੇਂ ਰੈਸਪੀਰੇਟਰ ਦਾ ਯਤਨ ਸਫਲ ਨਹੀਂ ਹੋ ਸਕਿਆ, ਇਸ ਦੇ ਬਦਲੇ ਉਹਨਾਂ ਨੇ ਹਰਕਰਨ ਸਹੋਤਾ ਨੂੰ ਹੀ ਕੰਮ ਤੋਂ ਛੁੱਟੀ ਲੈਣ ਦੀ ਪੇਸ਼ਕਸ਼ ਦੇ ਦਿੱਤੀ। ਆਰਬੀਟੇਟਰ ਨੇ ਇਸ ਨੁਕਸਾਨ ਦੇ ਮੁਆਵਜ਼ੇ ਵਜੋਂ ਹਰਕਰਨ ਸਹੋਤਾ ਨੂੰ $3,000 ਦੇਣ ਦੇ ਹੁਕਮ ਦਿੱਤੇ ਨੇ ਅਤੇ ਸੂਬਾ ਸਰਕਾਰ ਨੂੰ ਹਦਾਇਤ ਦਿੱਤੀ ਕਿ ਸੁਰੱਖਿਆ ਦੇ ਦਿਸ਼ਾ ਨਿਰਦੇਸ਼ਾਂ ਦਾ ਮਸਲਾ ਜਲਦ ਸੁਲਝਾਇਆ ਜਾਵੇ। ਸਿਹਤ ਮੰਤਰੀ ਨੇ ਮੰਨਿਆ ਕਿ ਆਰਬੀਟੇਟਰ ਦੇ ਆਦੇਸ਼ ਨੇ ਸਰਕਾਰ ਦਾ ਧਿਆਨ ਇਸ ਮਸਲੇ ਵੱਲ ਖਿੱਚਿਆ ਅਤੇ ਜਲਦ ਹੀ ਸਿੱਖਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਲਈ ਹਰ ਉਪਰਾਲਾ ਕੀਤਾ ਜਾਵੇਗਾ। ਅਗਰ ਤੁਸੀਂ ਹਾਊਸ ਵਾਈਫ ਹੋ ਜਾਂ ਆਲਰੇਡੀ ਟੀਚਿੰਗ ਪ੍ਰੋਫੈਸ਼ਨ ਵਿੱਚ ਹੋ ਤਾਂ ਤੁਹਾਡੇ ਲਈ ਸਾਡੇ ਕੋਲ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਹੈ। ਅਬੈਕਸ ਚੈਂਸ ਅਕੈਡਮੀ ਕੋਈ ਵੀ ਰਾਇਲਟੀ ਚਾਰਜ ਨਹੀਂ ਕਰਦਾ ਤੇ ਇੱਕ ਬਹੁਤ ਹੀ ਮਿਨੀਮਮ ਫੀ ਪੇ ਕਰਕੇ ਤੁਸੀਂ ਐਜ਼ ਅ ਫਰੈਂਚਾਈਜ਼ ਸਾਨੂੰ ਜੁਆਇਨ ਕਰ ਸਕਦੇ ਹੋ ਤੇ ਪਰ ਮੰਥ ਅਰਾਊਂਡ 25 to 50,000 ਅਰਨ ਕਰ ਸਕਦੇ ਹੋ। ਅਬੈਕਸ ਚੈਂਸ ਅਕੈਡਮੀ ਪਿਛਲੇ 12 ਸਾਲ ਤੋਂ ਟੀਚਰਸ ਨੂੰ ਅਬੈਕਸ ਦੀ ਟ੍ਰੇਨਿੰਗ ਦੇ ਰਿਹਾ ਹੈ ਤੇ ਸਾਡੇ ਬੱਚੇ ਅਰਾਊਂਡ 112 ਵਰਲਡ ਤੇ ਨੈਸ਼ਨਲ ਰਿਕਾਰਡ ਬਣਾ ਕੇ ਆਪਣਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾ ਚੁੱਕੇ ਨੇ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।